ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਅੱਜ ਦਾ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇੰਨਾ ਹੈ, ਕਿਉਂਕਿ ਮੈਂ ਇੱਕ ਦੋ ਦਿਨ ਤੋਂ ਦੇਖ ਰਿਹਾ ਲਗਾਤਾਰ ਸ਼ੁਭਦੀਪ ਦੇ ਜੋ ਰਿਕਾਰਡਡ ਸੌਂਗ ਨੇ ਉਹਨਾਂ ਨੂੰ ਲੀਕ ਕੀਤਾ ਜਾ ਰਿਹਾ। ਮੈਂ ਹਮੇਸ਼ਾ ਹੀ ਇਹ ਗੱਲ ਕਹਿੰਦਾ ਹੁੰਦਾ ਵੀ ਉਹਨੂੰ ਚਾਹੁਣ ਵਾਲੇ ਤੁਸੀਂ ਮੈਨੂੰ, ਮੇਰੇ ਪਰਿਵਾਰ ਨੂੰ ਹੁਣ ਤੱਕ ਇੰਨਾ ਵੱਡਾ ਸਹਾਰਾ ਦਿੱਤਾ ਹੈ ਕਿ ਮੇਰੇ ਕੋਲ ਸ਼ਬਦ ਨਹੀਂ ਮੈਂ ਤੁਹਾਡਾ ਧੰਨਵਾਦ ਕਰ ਸਕਾਂ। ਪਰੰਤੂ ਹੁਣ ਮੈਂ ਤੁਹਾਡੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹ ਕੋਈ ਵੀ ਹੈ, ਇਹਦੀ ਪਹਿਚਾਣ ਤੁਸੀਂ ਕਰਨੀ ਹੈ। ਕੌਣ ਹੈ, ਕਿੱਥੋਂ ਹੈ, ਕਿਉਂ ਲੀਕ ਕਰ ਰਿਹਾ, ਉਹਦਾ ਮਕਸਦ ਕੀ ਹੈ? ਕਿਉਂਕਿ ਪਰਿਵਾਰ ਪਹਿਲਾਂ ਹੀ ਬੜੀ ਵੱਡੀ ਵਿਪਤਾ ਦੇ ਵਿੱਚੋਂ ਨਿਕਲ ਰਿਹਾ। ਸਾਡੇ ਕੋਲ ਬੇਟੇ ਨੂੰ ਇੱਕ ਜ਼ਿੰਦਾ ਰੱਖਣ ਲਈ ਉਸਦੇ ਰਿਕਾਰਡਡ ਸੌਂਗ, ਉਹਦਾ ਲਿਖਿਆ ਹੋਇਆ ਮੈਟਰ ਹੀ ਬਚਿਆ। ਅਗਰ ਉਹ ਵੀ ਤੁਸੀਂ ਸਾਡਾ ਲੀਕ ਕਰਕੇ ਖਰਾਬ ਕਰ ਦਿਓਗੇ ਤਾਂ ਇਸ ਤੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ। ਮੈਂ ਕਿਸੇ ਤੋਂ ਕੋਈ ਬਹੁਤੀ ਇਮਦਾਦ ਨਹੀਂ ਮੰਗਦਾ, ਪਰ ਮੈਂ ਸਿਰਫ ਤੁਹਾਡੇ ਸਹਿਯੋਗ ਜ਼ਰੂਰ ਚਾਹੁੰਦਾ ਵੀ ਤੁਸੀਂ ਇਸ ਮਾਮਲੇ 'ਚ ਸਾਡੀ ਮਦਦ ਕਰੋ। ਕੁਛ ਕੁ ਫਿਲਮ ਮੇਕਰ ਨੇ ਉਹਨਾਂ ਵੱਲੋਂ ਫਿਲਮਾਂ ਦੇ ਨਾਮ ਸਾਡੇ ਗਾਣੇ ਬਿਨਾਂ ਪੁੱਛੇ ਤੋਂ, ਬਿਨਾਂ ਸਾਡੀ ਪਰਮਿਸ਼ਨ ਲਏ ਤੋਂ ਰੱਖ ਲਏ ਜਾਂਦੇ ਨੇ। ਮੈਂ ਸਭ ਦੇ ਚਰਨਾਂ 'ਚ ਇਹ ਬੇਨਤੀ ਕਰਦਾ ਕਿ ਜੇ ਤੁਸੀਂ ਕੋਈ ਸਾਡਾ ਗਾਣਾ ਵਰਤਣਾ ਵੀ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਸਾਡੀ ਪ੍ਰਵਾਨਗੀ ਜ਼ਰੂਰ ਲਓ ਪਰਿਵਾਰ ਦੀ, ਕਿਉਂਕਿ ਅਸੀਂ ਸਾਰੇ ਉਹਦੇ ਮੈਟਰ 'ਤੇ, ਉਹਦੇ ਸਾਰੇ ਹਿਸਾਬ ਕਿਤਾਬ 'ਤੇ ਨਿਗਾਹ ਰੱਖ ਰਹੇ ਹਾਂ ਸਾਰੀ। ਤਾਂ ਕਿਰਪਾ ਕਰਕੇ ਸਾਨੂੰ ਮਤਲਬ ਜਿਹੜੇ ਸੰਘਰਸ਼ ਦੇ ਵਿੱਚ ਨਾ ਪਾਓ, ਅਸੀਂ ਸ਼ਾਂਤੀ ਨਾਲ ਆਪਣਾ ਸਮਾਂ ਪਾਸ ਕਰਨਾ ਚਾਹੁੰਦੇ ਹਾਂ। ਪਹਿਲਾਂ ਹੀ ਰੱਬ ਦੇ ਮਾਰੇ ਹੋਏ ਹਾਂ ਤਾਂ, ਪਰ ਸਾਡੇ 'ਤੇ ਇੰਨਾ ਕੁ ਜ਼ਰੂਰ ਰਹਿਮ ਕਰਿਓ ਵੀ ਸਾਡੇ ਬੱਚੇ ਦੀ ਸਾਲਾਂ ਦੀ ਮਿਹਨਤ ਕੀਤੀ ਹੋਈ, ਉਹਦੇ ਜਾਣ ਤੋਂ ਬਾਅਦ ਉਹਦੀ ਆਤਮਾ ਨੂੰ ਠੇਸ ਨਾ ਪਹੁੰਚਾਇਓ। ਮੇਰੀ ਤੁਹਾਡੇ ਚਰਨਾਂ 'ਚ ਹੱਥ ਬੰਨ ਕੇ ਬੇਨਤੀ ਹੈ। ਅਤੇ ਜੇ ਤੁਹਾਨੂੰ ਕਿਤੇ ਵੀ ਕੋਈ ਪਤਾ ਲੱਗਦਾ ਜਾਂ ਕੋਈ ਇਸ ਤਰ੍ਹਾਂ ਦੇ ਅਨਸਰ ਦੀ ਸ਼ਨਾਖਤ ਹੁੰਦੀ ਹੈ, ਉਹਦੇ ਨਾਲ ਤੁਸੀਂ ਵੀ ਉਹਨੂੰ ਖਿੱਚੋ ਥੋੜ੍ਹਾ ਜਿਹਾ, ਔਰ ਸਾਡੇ ਵੀ ਧਿਆਨ ਦੇ ਵਿੱਚ ਲਿਆਓ ਤਾਂ ਜੋ ਆਪਾਂ ਉਹਦੇ 'ਚ ਲੀਗਲ ਉਹਨੂੰ ਕੋਰਟ ਦੇ ਵਿੱਚ ਖਿੱਚ ਸਕੀਏ। ਅਤੇ ਇੰਨੀ ਕੁ ਮੇਰੀ ਮਦਦ ਜ਼ਰੂਰ ਕਰੋ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਅੱਜ ਦਾ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇੰਨਾ ਹੈ, ਕਿਉਂਕਿ ਮੈਂ ਇੱਕ ਦੋ ਦਿਨ ਤੋਂ ਦੇਖ ਰਿਹਾ ਲਗਾਤਾਰ ਸ਼ੁਭਦੀਪ ਦੇ ਜੋ ਰਿਕਾਰਡਡ ਸੌਂਗ ਨੇ ਉਹਨਾਂ ਨੂੰ ਲੀਕ ਕੀਤਾ ਜਾ ਰਿਹਾ। ਮੈਂ ਹਮੇਸ਼ਾ ਹੀ ਇਹ ਗੱਲ ਕਹਿੰਦਾ ਹੁੰਦਾ ਵੀ ਉਹਨੂੰ ਚਾਹੁਣ ਵਾਲੇ ਤੁਸੀਂ ਮੈਨੂੰ, ਮੇਰੇ ਪਰਿਵਾਰ ਨੂੰ ਹੁਣ ਤੱਕ ਇੰਨਾ ਵੱਡਾ ਸਹਾਰਾ ਦਿੱਤਾ ਹੈ ਕਿ ਮੇਰੇ ਕੋਲ ਸ਼ਬਦ ਨਹੀਂ ਮੈਂ ਤੁਹਾਡਾ ਧੰਨਵਾਦ ਕਰ ਸਕਾਂ। ਪਰੰਤੂ ਹੁਣ ਮੈਂ ਤੁਹਾਡੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹ ਕੋਈ ਵੀ ਹੈ, ਇਹਦੀ ਪਹਿਚਾਣ ਤੁਸੀਂ ਕਰਨੀ ਹੈ। ਕੌਣ ਹੈ, ਕਿੱਥੋਂ ਹੈ, ਕਿਉਂ ਲੀਕ ਕਰ ਰਿਹਾ, ਉਹਦਾ ਮਕਸਦ ਕੀ ਹੈ? ਕਿਉਂਕਿ ਪਰਿਵਾਰ ਪਹਿਲਾਂ ਹੀ ਬੜੀ ਵੱਡੀ ਵਿਪਤਾ ਦੇ ਵਿੱਚੋਂ ਨਿਕਲ ਰਿਹਾ। ਸਾਡੇ ਕੋਲ ਬੇਟੇ ਨੂੰ ਇੱਕ ਜ਼ਿੰਦਾ ਰੱਖਣ ਲਈ ਉਸਦੇ ਰਿਕਾਰਡਡ ਸੌਂਗ, ਉਹਦਾ ਲਿਖਿਆ ਹੋਇਆ ਮੈਟਰ ਹੀ ਬਚਿਆ। ਅਗਰ ਉਹ ਵੀ ਤੁਸੀਂ ਸਾਡਾ ਲੀਕ ਕਰਕੇ ਖਰਾਬ ਕਰ ਦਿਓਗੇ ਤਾਂ ਇਸ ਤੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ। ਮੈਂ ਕਿਸੇ ਤੋਂ ਕੋਈ ਬਹੁਤੀ ਇਮਦਾਦ ਨਹੀਂ ਮੰਗਦਾ, ਪਰ ਮੈਂ ਸਿਰਫ ਤੁਹਾਡੇ ਸਹਿਯੋਗ ਜ਼ਰੂਰ ਚਾਹੁੰਦਾ ਵੀ ਤੁਸੀਂ ਇਸ ਮਾਮਲੇ 'ਚ ਸਾਡੀ ਮਦਦ ਕਰੋ। ਕੁਛ ਕੁ ਫਿਲਮ ਮੇਕਰ ਨੇ ਉਹਨਾਂ ਵੱਲੋਂ ਫਿਲਮਾਂ ਦੇ ਨਾਮ ਸਾਡੇ ਗਾਣੇ ਬਿਨਾਂ ਪੁੱਛੇ ਤੋਂ, ਬਿਨਾਂ ਸਾਡੀ ਪਰਮਿਸ਼ਨ ਲਏ ਤੋਂ ਰੱਖ ਲਏ ਜਾਂਦੇ ਨੇ। ਮੈਂ ਸਭ ਦੇ ਚਰਨਾਂ 'ਚ ਇਹ ਬੇਨਤੀ ਕਰਦਾ ਕਿ ਜੇ ਤੁਸੀਂ ਕੋਈ ਸਾਡਾ ਗਾਣਾ ਵਰਤਣਾ ਵੀ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਸਾਡੀ ਪ੍ਰਵਾਨਗੀ ਜ਼ਰੂਰ ਲਓ ਪਰਿਵਾਰ ਦੀ, ਕਿਉਂਕਿ ਅਸੀਂ ਸਾਰੇ ਉਹਦੇ ਮੈਟਰ 'ਤੇ, ਉਹਦੇ ਸਾਰੇ ਹਿਸਾਬ ਕਿਤਾਬ 'ਤੇ ਨਿਗਾਹ ਰੱਖ ਰਹੇ ਹਾਂ ਸਾਰੀ। ਤਾਂ ਕਿਰਪਾ ਕਰਕੇ ਸਾਨੂੰ ਮਤਲਬ ਜਿਹੜੇ ਸੰਘਰਸ਼ ਦੇ ਵਿੱਚ ਨਾ ਪਾਓ, ਅਸੀਂ ਸ਼ਾਂਤੀ ਨਾਲ ਆਪਣਾ ਸਮਾਂ ਪਾਸ ਕਰਨਾ ਚਾਹੁੰਦੇ ਹਾਂ। ਪਹਿਲਾਂ ਹੀ ਰੱਬ ਦੇ ਮਾਰੇ ਹੋਏ ਹਾਂ ਤਾਂ, ਪਰ ਸਾਡੇ 'ਤੇ ਇੰਨਾ ਕੁ ਜ਼ਰੂਰ ਰਹਿਮ ਕਰਿਓ ਵੀ ਸਾਡੇ ਬੱਚੇ ਦੀ ਸਾਲਾਂ ਦੀ ਮਿਹਨਤ ਕੀਤੀ ਹੋਈ, ਉਹਦੇ ਜਾਣ ਤੋਂ ਬਾਅਦ ਉਹਦੀ ਆਤਮਾ ਨੂੰ ਠੇਸ ਨਾ ਪਹੁੰਚਾਇਓ। ਮੇਰੀ ਤੁਹਾਡੇ ਚਰਨਾਂ 'ਚ ਹੱਥ ਬੰਨ ਕੇ ਬੇਨਤੀ ਹੈ। ਅਤੇ ਜੇ ਤੁਹਾਨੂੰ ਕਿਤੇ ਵੀ ਕੋਈ ਪਤਾ ਲੱਗਦਾ ਜਾਂ ਕੋਈ ਇਸ ਤਰ੍ਹਾਂ ਦੇ ਅਨਸਰ ਦੀ ਸ਼ਨਾਖਤ ਹੁੰਦੀ ਹੈ, ਉਹਦੇ ਨਾਲ ਤੁਸੀਂ ਵੀ ਉਹਨੂੰ ਖਿੱਚੋ ਥੋੜ੍ਹਾ ਜਿਹਾ, ਔਰ ਸਾਡੇ ਵੀ ਧਿਆਨ ਦੇ ਵਿੱਚ ਲਿਆਓ ਤਾਂ ਜੋ ਆਪਾਂ ਉਹਦੇ 'ਤੇ ਲੀਗਲ ਉਹਨੂੰ ਕੋਰਟ ਦੇ ਵਿੱਚ ਖਿੱਚ ਸਕੀਏ। ਅਤੇ ਇੰਨੀ ਕੁ ਮੇਰੀ ਮਦਦ ਜ਼ਰੂਰ ਕਰੋ, ਧੰਨਵਾਦ।